ਉਹਨਾਂ ਦੇ ਬਾਚੇ ਮੰਨੀ ਜਾਂਦੇ ਉਹਨਾਂ ਦੀਆਂ ਜਿਹਦੇ ਤੁਸੀਂ ਪਾਤਰੀ ਪਾਈ ਸੀ ਸਹੁੰ ਖਾਧੀ ਸੀ ਸਹੁੰ ਸੰਵਿਧਾਨ ਦੀ ਖਾਧੀ ਸੀ ਸਤਵੀਰ ਬਾਦਲ ਦੀ ਖਾਧੀ ਸੀ ਨਾ ਕਰੋ ਤੁਹਾਨੂੰ ਨਾ ਬਸਤਾ ਤੁਹਾਡੇ ਇਹਨਾਂ ਦੇ ਵੀ ਹੱਥ ਚਾ ਜੀ ਮੈਨੂੰ ਪਤਾ ਪੁਲਿਸ ਦੀਆਂ ਪ੍ਰੋਬਲਮਾਂ ਦਾ ਜਿਹੜੀਆਂ ਵਰਦੀਆਂ ਪਾਈਆਂ ਹੋਈਆਂ ਇਹਨਾਂ ਨੇ ਆਪ ਸਮਾਈਆਂ ਹੋਈਆਂ ਨੇ ਪੱਲਿਓ ਕਿਉਂਕਿ ਜਿਹੜਾ ਕੱਪੜਾ ਇਹਨਾਂ ਦੀ ਵਰਦੀ ਵਾਸਤੇ ਆਉਂਦਾ ਜੀ ਐਂ ਕਰ ਲਈਏ ਗਲੀ ਨਿਕਲ ਜਾਂਦੀ ਹੈ ਐਸਾ ਮਾੜਾ ਕੱਪੜਾ ਆਉਂਦਾ ਹੈ ਪੁੱਛ ਲਿਓ ਕੋਈ ਛੁੱਟੀ ਨੀ ਬੱਚਿਆਂ ਦੇ ਬਰਥਡੇ ਚੋਰੀਆਂ ਮਨਾਉਂਦੇ ਫੜ ਲਓ ਫੋਟੋ ਦੇ ਕਿਸੇ ਦਾ ਚੋਰੀ ਬਦਲਾ ਕੇ ਔਰ ਉਸ ਬਰਥਡੇ ਦੀ ਫੋਟੋ ਵੀ ਨੀ ਪਾ ਸਕਦੇ ਫੇਸਬੁੱਕ ਤੇ ਕਿਉਂਕਿ ਉਹ ਕਹਿਣਗੇ ਵੀ ਤੂੰ ਉੱਥੇ ਡਿਊਟੀ ਤੇ ਸੀ ਤੂੰ ਇੱਧਰ ਕਿੱਧਰ ਫਿਰਦਾ ਬਈ ਲੈ ਅਸੀਂ ਇਹਨਾਂ ਵਾਸਤੇ ਵੀ ਮੈਨੀਫੈਸਟੋ ਚ ਲਿਖਾਂਗੇ ਵੀ ਆਪਣੀ ਧੀਆਂ ਪੁੱਤ ਇਹ ਵੀ ਆਪਣੀ ਹਿੱਸਾ ਨੇ ਸਮਾਜ ਦਾ ਪਰ ਆਰਡਰ ਇਹ ਜਾਂਦੇ ਆਉਂਦੇ ਨੇ ਤਾਂ ਵਾਲਿਆਂ ਦਾ ਕੀ ਕਰੀਏ ਮੈਨੂੰ ਤਾਂ ਹੁਣ ਕਿਸੇ ਡੀਐਸਪੀ ਦਾ ਫੋਨ ਦੱਸਿਆ ਮੈਨੂੰ ਕੱਲ ਉਹ ਕਹਿੰਦਾ ਜੀ ਅਸੀਂ ਤਾਂ ਹੁਣ ਫੋਨ ਰਿਕਾਰਡ ਕਰਨ ਲੱਗ ਗਏ ਜਿਹੜੇ ਕਾਜੀ ਜੀ ਸਾਨੂੰ ਆਰਡਰ ਦਿੰਦੇ ਆ ਨਾ ਜਥੇਦਾਰ ਦੇ ਵੀ ਆਹ ਕਰਦੇ ਇਹਨੂੰ ਆਏ ਕਰਦੇ ਕਹਿੰਦਾ ਅਸੀਂ ਫੋਨ ਰਿਕਾਰਡ ਕਰ ਲੈਂਦੇ ਹਾਂ ਇਹ ਸਾਨੂੰ ਪੱਕਾ ਪਤਾ 5-6 ਮਹੀਨੇ ਬਾਅਦ ਤੁਸੀਂ ਸਾਨੂੰ ਬੁਲਾਓਗੇ ਵੀ ਤੂੰ ਆਹ ਗਲਤ ਕੰਮ ਕਿਉਂ ਕੀਤਾ ਅਸੀਂ ਉਹਨੂੰ ਫੋਨ ਸੁਣਾ ਦਾਂਗੇ ਇਹਦੇ ਪੈਸੇ ਦੇ ਕੀਤਾ ਫੜ ਲਓ ਇਹਦਾ ਕੰਮ ਚੱਲ ਪਿਆ ਹੋ ਇਹ ਬਦਲਾ ਹੈ ਜੀ ਇਹ ਚੇਂਜ ਸੋ ਇਸ ਕਰਕੇ ਵੀਰੋ ਇਕੱਠੇ ਰਹੋ ਇਹਨਾਂ ਨੇ ਬਹੁਤ ਦਸਾ ਦਾ ਮੈਂ ਨਵਾਂ ਨਵਾਂ ਐਮਪੀ ਬਣਿਆ ਮੈਂ ਬਰਨਾਲੇ ਦੇ ਨੇੜੇ ਇੱਕ ਪਿੰਡ ਵਿੱਚ ਲੰਘ ਰਿਹਾ ਸੀ ਇੱਕ ਸੱਥ ਦੇ ਵਿੱਚ ਬਜ਼ੁਰਗ ਤਾਸ਼ ਖੇਡੀ ਜਾਂਦੇ ਸੀ ਮੈਂ ਮੁੰਡੇ ਨੂੰ ਕਿਹਾ ਪਰਿਵਰਤਨ ਕਰਨ ਦਾ ਵਾਧੂ ਹੈਗਾ ਹਜੇ ਆਪਾਂ ਇਹਨਾਂ ਨੂੰ ਮਿਲ ਕੇ ਚੱਲਦੇ ਹਾਂ ਮੈਂ ਕਿਹਾ ਠੀਕ ਅਗਲੀ ਸੀਟ ਤੇ ਬੈਠਾ ਸੀ ਪਾਰਟੀ ਗੋਲੀ ਨੂੰ ਜਾ ਕੇ ਉਹਦੇ ਚ ਬਹਿ ਗਿਆ ਉਹ ਹੈਰਾਨ ਹੀ ਹੋ ਗਏ ਚਲੋ ਚਾਹ ਪਾਣੀ ਦਾ ਪ੍ਰਬੰਧ ਕਰਨ ਲੱਗ ਗਏ ਇੱਕ ਬਜ਼ੁਰਗ 70-72 ਸਾਲ ਦਾ ਵੀਰੋ ਮੇਰੇ ਮੋਢੇ ਤੇ ਤਾਂ ਹੱਥ ਲਾਇਆ ਬਾਰ ਬਾਰ ਮੇਰੇ ਮੋਢੇ ਤੇ ਤਾਂ ਹੱਥ ਲਾਇਆ ਜਦੋਂ ਮੈਂ ਉਹਦੇ ਵੱਲ ਦੇਖਿਆ ਉਹਦੀ ਅੱਖਾਂ ਚ ਪਾਣੀ ਸੀ ਰੋਈ ਜਾਂਦਾ ਸੀ ਮੈਂ ਬਜ਼ੁਰਗ ਨੂੰ ਕਿਹਾ ਬਜ਼ੁਰਗੋ ਮੈਂ ਮਾਫ਼ੀ ਮੰਗ ਲੈਣਾ ਜੀ ਕੋਈ ਮੈਥੋਂ ਗਲਤੀ ਹੋ ਗਈ ਚੋਰ ਪ੍ਰਚਾਰ ਦੌਰਾਨ ਕਿਸੇ ਕੋਲ ਗਲਤੀ ਨਾ ਹੋਈ ਹੋਵੇ ਕੀ ਗਲਤੀ ਹੋ ਗਈ ਮੈਥੋਂ ਦੱਸੋ ਮੈਂ ਮਾਫ਼ੀ ਮੰਗ ਲੈਣਾ ਉਹਨੇ ਇਹ ਜੀ ਗੱਲ ਕਹੀ ਕਾਲ ਦੀ ਚੀਰ ਕੇ ਲੰਘ ਗਈ ਮੇਰਾ ਬਹੁਤ ਦੁੱਖ ਹੋਇਆ ਮੈਨੂੰ ਬਹੁਤ ਗੁੱਸਾ ਹੋਇਆ ਮੈਨੂੰ ਇਹਨਾਂ ਦੀ ਗੱਲ ਤੇ 5 ਸਾਲਾਂ ਤੋਂ ਅਸੀਂ ਵੋਟਾਂ ਪਾ ਪਾ ਕੇ ਖੂਹ ਭਰਦੇ ਇਹਨਾਂ ਦੇ ਯਾਰ ਇਹ ਐਂ ਕਰਦੇ ਸਾਡੇ ਨਾਲ ਉਹ ਬਜ਼ੁਰਗ ਕਹਿੰਦਾ ਪੁੱਤ ਤੈਨੂੰ ਮਾਫ਼ੀ ਮੰਗਣ ਦੀ ਕੋਈ ਲੋੜ ਨੀ ਤੇਰੀ ਕੋਈ ਗਲਤੀ ਨੀ ਆ ਸ਼ੁਰੂ ਜੇ ਤਾਂ ਸਹੁਰੇ ਇਹ ਸੋਚ ਕੇ ਆ ਗਏ ਪੁੱਤ ਇਹਨਾਂ ਹੱਥਾਂ ਨਾਲ ਬਹੁਤ ਐਮਪੀ ਬਣਾਇਆ ਹੈ ਪਰ ਆਪਣੇ ਹੱਥੀ ਬਣਾਏ ਹੋਏ ਐਮਪੀ ਨੂੰ ਆਪ ਹੱਥ ਲਾ ਕੇ ਅੱਜ ਪਹਿਲੀ ਵਾਰੀ ਦੇਖ ਮਿਲਦੇ ਨੀ ਬੁਲਾ ਲਓ ਪਿੰਡ ਨੂੰ ਲੀਡਰਾਂ ਨੂੰ ਗੰਨਮੈਨ ਨੀ ਮਿਲ ਦਿੰਦੇ ਜੇ ਗੰਨਮੈਨ ਨੂੰ ਬੁਲਾਉਂਗੇ ਇਹਨਾਂ ਦੇ ਚਮ ਚ ਜਥੇਦਾਰ ਨੀ ਮਿਲਣਾ ਤੇ ਉਹ ਬੇਚਾਰੇ ਫਸਦੇ ਜਥੇਦਾਰ ਕਹੂਗਾ ਛੋਟੀ ਜੀ ਮੋਲੀ ਖੋਲ ਕੇ ਕਹਿ ਦਿੰਦਾ ਸਾਹਿਬ ਹੈ ਨੀ ਔਰ ਤੁਹਾਨੂੰ ਖੋਲੇ ਅੰਦਰ ਵੀ ਕਹਿ ਦਿਓ ਅਸੀਂ ਤਾਂ ਆਪ ਘਰੇ ਹੈ ਨੀ ਵੋਟਾਂ ਤੋਂ ਬਾਅਦ ਹੀ ਆਇਓ ਇਹਨਾਂ ਦੀਆਂ ਵੋਟਾਂ ਵਾਲੀਆਂ ਪੇਟੀਆਂ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਵਾਰਡਾਂ ਚੋਂ ਢਾਣੀਆਂ ਚੋਂ ਐਂ ਖਾਲੀ ਜਾਣੀਆਂ ਚਾਹੀਦੀਆਂ ਨੇ ਜਿਵੇਂ ਚੰਡੀਗੜ੍ਹੋਂ ਇਹਨਾਂ ਦੀਆਂ ਕੋਠੀਆਂ ਮੂਹਰੋਂ ਆਪਾਂ ਖਾਲੀ ਮੁੜਿਆ ਨੇ ਇਹਨਾਂ ਨੂੰ ਵੀ ਪਤਾ ਲੱਗੇ ਕਿਸੇ ਦਰ ਤੋਂ ਖਾਲੀ ਮੁੜਨ ਦਾ ਦਰਦ ਕੀ ਹੁੰਦਾ ਇਹਨਾਂ ਨੂੰ ਵੀ ਪਤਾ ਲੱਗੇ ਇਹਨਾਂ ਨੇ ਠੇਕੇ ਹੀ ਲੈ ਲਈ ਆ ਫਿਰ ਅਸੀਂ ਜਿੱਤੇ ਹੁੰਦੇ ਬਸ 2.5 ਸਾਲ ਹੋ ਗਏ ਮੈਨੂੰ ਜਿੱਤੇ ਨੂੰ ਸੁਖਬੀਰ ਬਾਦਲ ਨੂੰ ਹਜੇ ਤੱਕ ਯਕੀਨ ਨਹੀਂ ਆਇਆ ਵੀ ਮੈਂ ਜਿੱਤ ਗਿਆ ਪੱਤਰਕਾਰਾਂ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ ਦੇ ਏਜੰਟ ਬਹੁਤ ਭਾਰੀ ਕੰਮ ਹੋ ਰਹੇ ਨੇ ਆਪਣੇ ਆਪ ਕੀ ਇਹ ਇਨਕਲਾਬ ਦੀ ਨਿਸ਼ਾਨੀ ਹੈ ਤਾਂ ਸੁਖਬੀਰ ਬਾਦਲ ਜੀ ਕਹਿੰਦੇ ਨਾ ਉਹ ਵੋਟਾਂ ਤਾਂ ਸਾਨੂੰ ਹੀ ਪਾਉਂਦੇ ਆ ਕਸ਼ਤਾ ਤਾਂ ਹੋ ਜਾਂਦਾ ਉਹ ਭਗਵੰਤ ਮਾਨ ਦੀਆਂ ਗੱਲਾਂ ਸੁਣ ਚਲੇ ਜਾਂਦੇ ਆ
ਉਹ ਮੈਂ ਕਿਹਾ ਸੁਖਬੀਰ ਸਿੰਘ ਦੀ ਸਿੰਘ ਪੁੱਛ ਲੈ ਉੱਥੇ ਕਿਹੜਾ ਗਜਰਾ ਸੁਣਾਈਆਂ ਸੀ ਜ਼ਬਾਨ ਤਾਂ ਜਾਪਤ ਹੋਈਆਂ ਪਈਆਂ ਨੇ ਚੱਲ ਮੰਨ ਲੈਂਦੇ ਸੁਖਬੀਰ ਬਾਦਲ ਜੀ ਕਿ ਮੇਰੀਆਂ ਗੱਲਾਂ ਸੁਣਨ ਆ ਜਾਂਦੇ ਆ ਚੱਲ ਮੇਰੀਆਂ ਗੱਲਾਂ ਸੁਣਨ ਆ ਜਾਂਦੇ ਤੈਨੂੰ ਆਪਣੇ ਪਿੰਡ ਬਾਦਲ ਚ ਨੀ ਸੁਣਿਆ ਤੇਜ ਤੋਂ ਲੱਤ ਅਗਰ ਪਰੇ ਹੋ ਜਾਣਾ ਵੀ ਆ ਸੁਣਨਾ ਸੱਚੀ ਹੈ ਗੱਲ ਮੈਂ ਸੱਚ ਤੋਂ ਬਿਨਾਂ ਤੱਕ ਤੋਂ ਬਿਨਾਂ ਬੋਲ ਲੈ ਸੁਖਬੀਰ ਆ ਇਹਨਾਂ ਦੀ ਹਾਲਤ ਇਹਨਾਂ ਨੇ ਸਾਡੇ ਝੂਠੇ ਮਸੀਹੇ ਬਣਾ ਰੱਖੇ ਪੰਜਾਬ ਦੇ ਉਹ ਵਿਕਰਮਜੀਤ ਮਜੀਠੀਆ ਕਿਵੇਂ ਮੁੱਛਾਂ ਨੂੰ ਪਦ ਦਿੰਦਾ ਸੀ ਉੱਥੇ ਕੋਈ ਚੱਜ ਦਾ ਕੰਮ ਕਰਤਾ ਜਵਾਨੀ ਨਸ਼ਿਆਂ ਦੀ ਗਾਲਤੀ ਸਾਡੀ ਘਰ ਘਰ ਸਫਲ ਵਿਛਾ ਲਿਆ ਉੱਧਰ ਘਰ ਘਰ ਚਿੱਟੇ ਨਾਲ ਮੁੰਡੇ ਮਰੀ ਜਾਂਦੇ ਸਾਡੇ ਕੁੜੀਆਂ ਵਾਸਤੇ ਨਸ਼ਾ ਮੁਕਤੀ ਕੇਂਦਰ ਖੋਲਿਆ ਮਸਲ ਸਪੈਸ਼ਲੀ ਫੋਰ ਗਰਲਸ ਆ ਹੱਥ ਸਕੀ ਇਸ ਵਾਰ 27 ਨੰਬਰ ਗ੍ਰੇਸ ਦੇ ਕੇ 2 ਲੱਖ ਬੱਚਿਆਂ ਪਾਸ ਕੀਤਾ ਤਾਂ ਕਿ ਅੰਕੜੇ ਸਹੀ ਹੋ ਜਾਣ ਆ ਸਾਡੀ ਪੜ੍ਹਾਈ ਦਾ ਹਾਲ ਜਿਹੜੇ ਟੀਚਰ ਨੇ ਉਹ ਟੈਂਕੀਆਂ ਦੇ ਚੜੇ ਬੈਠੇ ਆ ਉਹ ਹੜਤਾਲਾ ਕਰੀ ਜਾਂਦੇ ਸਾਨੂੰ ਰੱਖ ਲਓ ਸਕੂਲ ਫੀਸ ਰਹੇ ਨੀ ਨਾ ਕਿਸੇ ਨੂੰ ਤਨਖਾਹ ਚੋ ਲੁਕਾ ਪੈਸਾ ਮੁਲਾਜ਼ਮਾਂ ਨੂੰ ਤਨਖਾਹ ਨੀ ਮਿਲੀ ਤਨਖਾਹ ਦੇਣ ਵਾਸਤੇ ਪ੍ਰਾਪਰਟੀਆਂ ਗਹਿਣੇ ਕਰੀ ਜਾਂਦੀ ਹੈ ਗੌਰਮੈਂਟ 3 ਜੇਲਾਂ ਗਹਿਣੇ ਧਰਤੀਆਂ ਬੈਂਕ ਆਫ ਬੜੌਦਾ ਚ ਤਨਖਾਹ ਦੇਣੀ ਹੈ ਹੋਰ ਤਾਂ ਹੋਰ ਜਲੰਧਰ ਵਾਲਾ ਵਿਧਵਾ ਆਸ਼ਰਮ ਗਹਿਣੇ ਧਰਤਾ ਹੋਰ ਤਾਂ ਹੋਰ ਅੰਮ੍ਰਿਤਸਰ ਵਾਲਾ ਮੈਂਟਲ ਹਸਪੀਟਲ ਵੇਚਤਾ ਅਗਲਾ ਹਸਪਤਾਲ ਸਾਨੂੰ ਤਾਂ ਹੁਣ ਇਹ ਫਿਕਰ ਲੱਗੀ ਪਈ ਆ ਕਿ 2017 ਚ ਅਕਾਲੀ ਤੇ ਕਾਂਗਰਸੀ ਹਾਰ ਕੇ ਜਦੋਂ ਕਮਲੇ ਹੋਣਗੇ ਪਾਗਲ ਹੋਣਗੇ ਤਾਂ ਰੱਖਾਂਗੇ ਕਿੱਥੇ ਯਾਰ ਸਰਕਾਰ ਨੂੰ ਵੀ ਮਾਰਨੀ ਪਊ ਕੋਈ ਉਹ ਗੁਜ਼ਾਰਾ ਨਹੀਂ ਕਿਸੇ ਹੋਰ ਸਟੇਟ ਨੇ ਤਾਂ ਲੈਣੀ ਨੀ ਉਹ ਕਹਿੰਦੇ ਭਾਈ ਤੁਸੀਂ ਕਰੇ ਆਪਦੇ ਆਪ ਨੂੰ ਆਪੀ ਸਾਂਭੋ ਹੋਣਗੇ ਜ਼ਰੂਰ ਇਹ ਕਿਉਂਕਿ ਇਹਨਾਂ ਨੇ ਉਹ ਸੋਚਿਆ ਹੀ ਨਹੀਂ ਹੋਇਆ ਜਿਹੜਾ ਤੁਸੀਂ ਸੋਚੀ ਬੈਠੇ ਉਹ ਸੋਚਿਆ ਹੀ ਨਹੀਂ ਹੋਇਆ ਰਾਜਨੀਤਿਕ ਫੈਕਟਰੀਆਂ ਦਾ ਕੱਚਾ ਮਾਲ ਆਪਾਂ ਨੂੰ ਵਰਤ ਕੇ ਕੋਈ ਚੇਅਰਮੈਨ ਬਣ ਜਾਂਦਾ ਕੋਈ ਐਮਪੀ ਬਣ ਜਾਂਦਾ ਕੋਈ ਐਮਐਲਏ ਬਣ ਜਾਂਦਾ ਕੋਈ ਮੰਤਰੀ ਬਣ ਜਾਂਦਾ ਆਪਾਂ ਨੂੰ ਵਰਤ ਜਾਂਦੇ ਆ ਆਪਾਂ ਉੱਠੇ ਆ ਮੈਂ ਛੋਟਾ ਹੁੰਦਾ ਵੋਟਾਂ ਵਾਲੀਆਂ ਕਾਰਾਂ ਦੇ ਮਗਰ ਮੈਂ ਵੀ ਭੱਜਦਾ ਹੁੰਦਾ ਸੀ ਮੈਂ ਵੀ ਜਿਹੜੇ ਰਿਕਸ਼ੇ ਤੋਂ ਸਿੱਟਣ ਆਉਂਦੇ ਸੀ ਉਹ ਪੜ੍ਹਦਾ ਹੁੰਦਾ ਸੀ ਮੈਂ ਵੀ ਸਪੀਕਰ ਸੁਣਦਾ ਸੀ ਵੀਰੋ ਆਹ ਪੱਤਰਕਾਰ ਬੈਠੇ ਆ 30 ਸਾਲ ਹੋ ਗਏ ਉਹਨੇ ਤੁਰਤ ਸੰਭਾਲੀ ਉਹ 10-9 ਸਾਲ ਦਾ ਬੱਚਾ ਸਮਝਣ ਲੱਗ ਜਾਂਦਾ ਵੋਟਾਂ ਵਾਲੀਆਂ ਬੇਨਤੀਆਂ ਵੀ ਹੋ ਗਈਆਂ ਨੇ ਉਹ ਵੀ ਵਾਲੀਆਂ ਮਾਂ ਦੇ ਪੁੱਤਾਂ ਨੇ ਕੀ ਹੁੰਦੀ ਹੈ ਬੇਨਤੀ ਵੋਟਾਂ ਮੇਰੇ ਹਲਕਾ ਬੋਰ ਤੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਆਪਣੇ ਕੋਈ ਕੀਮਤੀ ਵੋਟ ਫਲਾਨਾ ਸਿੰਘ ਨੂੰ ਪਾ ਕੇ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਤੁਹਾਡੇ ਇਲਾਕੇ ਦੀ ਕਾਮਯਾਬੀ ਆਹੀ ਹੁੰਦਾ ਨਾ ਲੈ ਤੁਸੀਂ ਕਿੰਨੇ ਕਾਮਯਾਬ ਕਰਦੇ ਇੱਕ ਬੰਦਾ ਹੱਥ ਖੜਾ ਕਰ ਦੋ ਤੁਹਾਡੀ ਕਾਮਯਾਬੀ ਹੋਈ ਕਿਸੇ ਦੀ ਵੋਟਾਂ ਵਾਲੀਆਂ ਬੇਨਤੀਆਂ ਨਹੀਂ ਬਦਲੀਆਂ ਕਿਉਂ ਬਦਲਣ ਅਗਲੇ ਵੀ ਆਟੋਮੈਟਿਕ ਵਾਲੀਆਂ ਜਾਂਦੀਆਂ 5 ਸਾਲਾਂ ਬਾਅਦ ਆਪ ਹੀ ਬਦਲ ਜਾਂਦੇ ਆਪਣੇ ਕੋਲ ਕੋਈ ਰਾਹ ਹੀ ਨਹੀਂ ਸੀ ਇਸ ਵਾਰ ਨੌਜਵਾਨ ਤਾਂ ਨਾਲ ਹੈਗੇ ਹੀ ਨੇ ਉਹ ਤਾਂ ਮੋਟਰਸਾਈਕਲਾਂ 'ਚ ਤੇਲ ਪਵਾਈ ਫਿਰਦੇ ਆ ਕਿਸੇ ਮਰਜ਼ੀ ਨੌਜਵਾਨ ਦੀ ਤਲਾਸ਼ੀ ਲੈ ਲਓ ਜੇਬ 'ਚ ਆਮ ਆਦਮੀ ਪਾਰਟੀ ਦੀ ਟੋਪੀ ਹੈ ਜਾਂ ਡੰਗ ਜਾਂਦਾ ਕਹਿੰਦਾ ਕੀ ਪਤਾ ਕਿੱਥੇ ਧੌਣਾ ਦੇਣਾ ਪੈਂਦੇ ਜਾ ਨੌਜਵਾਨਾਂ ਨੂੰ ਦੇਖ ਰਿਹਾ ਕੁਛ ਬਜ਼ੁਰਗ ਵੀ ਨਾਲ ਹੀ ਨੇ ਬੈਠੇ ਪਹੁੰਚੇ ਬਾਅਦ ਕੀ ਬੱਚੀ ਕਿ ਪਸੰਦ ਰਹਿ ਗਏ ਬਸ ਉਹਨਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਤੇਰੀਆਂ ਮੈਂ ਲੱਖ ਮੰਨੀਆਂ ਸਾਡੀ ਇੱਕ ਮੰਨੇ ਤਾਂ ਜਾਣਾ ਤੁਹਾਡੇ ਕਹੇ ਤੇ ਅਸੀਂ ਕਈ ਵਾਰੀ ਵੋਟਾਂ ਪਾ ਦੀਆਂ ਐਤਕੀ ਸਾਡੇ ਜਵਾਕਾਂ ਦੇ ਮੰਨ ਕੇ ਦੇਖ ਲਓ ਗੱਡੀ ਪਟੜੀ ਤੇ ਨੀਂਹ ਤੇ ਚੜ ਚੁੱਕੀ ਹੈ ਗੱਡੀ ਪੁਰਾਣੇ ਬੈਠੇ ਆ ਜੇ ਬਜ਼ੁਰਗ ਉੱਥੇ ਬਾਬੇ ਨਾਨਕ ਦੀ ਲੱਕੜੀ ਨੂੰ ਹੀ ਪਾਵਾਂਗੇ ਉਹ ਮੈਂ ਕਿਹਾ ਬਾਪੂ ਬਾਬੇ ਨਾਨਕ ਦੀ ਨੀ ਬਾਦਲ ਕਿਹੜੀ ਹੈ ਤਾਂ ਸਮੇਂ ਇੱਕ ਤੋਲਦੀ ਹੈ ਇਹਦਾ ਨਸ਼ੇ ਤੋਲੀ ਜਾਂਦੀ ਹੈ ਇਹਨੂੰ ਬਾਬੇ ਨਾਨਕ ਦੀ ਲੱਕੜੀ ਨਾਲ ਨਾ ਮਿਲਾਓ ਤੇਰਾ ਤੋਲਦੀ ਸੀ ਬਾਦਲ ਕਿਹੜੀ ਮੇਰਾ ਮੇਰੇ ਤੋਲੀ ਜਾਂਦੀ ਹੈ ਬੱਸਾਂ ਨੇ ਤੇਰੀਆਂ ਕਾਰਾਂ ਨੇ ਮੇਰਾ ਸਾਰਾ ਕੁਛ ਮੇਰਾ ਰਿਸ਼ਤਾ ਮੇਰਾ ਬਜਰੀ ਮੇਰੀ ਇਹ ਮੇਰਾ ਤੋਲਦੀ ਹੈ ਸੋਫੀਓ ਇਕੱਠੇ ਰਹਿਣਾ ਪਊਗਾ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਜੇ ਉਹ ਪਿਆਰ ਨਾਲ ਹੀ ਆ ਜਾਣ ਤਾਂ ਵਧੀਆ ਰਹੂਗਾ ਨਹੀਂ ਤਾਂ ਫਿਰ ਬਾਅਦ ਚ ਹੋਰ ਹੀ ਤਰ੍ਹਾਂ ਦੇ ਬੇਸ਼ਕੀਨ ਜੇ ਪਿਆਰ ਕੇ ਆਉਂਗੇ ਉਹਦਾ ਕੋਈ ਫਾਇਦਾ ਨਹੀਂ
ਉਹ ਮੈਂ ਦੱਸ ਦਿੰਦਾ ਕਿਵੇਂ ਜਦੋਂ ਮੈਂ ਸੰਗਰੂਰ ਚ ਇਲੈਕਸ਼ਨ ਕੰਪੇਨ ਕਰ ਰਿਹਾ ਸੀ ਪ੍ਰਚਾਰ ਕਰ ਰਿਹਾ ਸੀ ਸੰਗਰੂਰ ਚ ਤਾਂ ਇੱਕ ਲਹਿਰੇ ਕਾਕੇ ਦੇ ਨੇੜੇ ਦਾ ਇੱਕ ਮੁੰਡਾ ਸਾਡੀ ਰੈਲੀ ਚ ਆਉਣਾ ਚਾਹੁੰਦਾ ਸੀ ਮਲੀਵਾਲਾ ਸਾਹਿਬ ਇਸ ਮੁੰਡਾ ਦੀ ਗੱਲ ਹੈ ਸੱਚੀ ਗੱਲ ਹੈ ਪਰ ਉਹਦਾ ਬਾਪੂ ਗੱਦਰ ਜਥੇਦਾਰ ਸੀ ਅਕਾਲੀ ਦਲ ਦਾ ਉਹ ਮੁੰਡਾ ਕਹਿੰਦਾ ਬਾਪੂ ਮੋਟਰਸਾਈਕਲ ਦੀ ਚਾਬੀ ਦੇ ਦੇ ਮੈਂ ਝਾਲੂ ਵਾਲੀ ਰੈਲੀ ਜਾਣਾ ਬਾਪੂ ਕਹਿੰਦਾ ਨਾ ਉੱਥੇ ਨਹੀਂ ਜਾ ਸਕਦੇ ਪਰ ਜਥੇਦਾਰ ਅਕਾਲੀ ਦਲ ਦੇ ਲੋਕ ਕੀ ਕਹਿਣਗੇ ਜਥੇਦਾਰ ਤਾਂ ਸੋ ਆਪਣਾ ਮੁੰਡਾ ਸਾਹਮਣੇ ਦੇ ਜਾਂਦਾ ਹੋਰ ਨੀ ਮੋਟਾ ਕੀ ਪਾਏਗਾ ਉਹ ਕਹਿੰਦਾ ਬਾਪੂ ਮੈਂ ਜਾਣਾ ਹੀ ਜਾਣਾ ਮੇਰੇ ਜਾਣਾ ਦੋਸਤਾਂ ਨੇ ਸੌਂ ਖਾਧੀ ਹੋਈ ਹੈ ਸਾਰਿਆਂ ਨੇ ਕਹਿੰਦਾ ਨਹੀਂ ਜਾ ਸਕਦਾ ਤੂੰ ਕਹਿੰਦਾ ਬਾਪੂ ਮੈਂ ਜਾਣਾ ਜਥੇਦਾਰ ਕਹਿੰਦਾ ਜੇ ਤੂੰ ਗਿਆ ਤਾਂ ਮੈਂ ਤੈਨੂੰ ਸਾਰੀ ਜ਼ਮੀਨ ਤੋਂ ਬੇਦਖਲ ਕਰ ਦੂੰਗਾ ਮੁੰਡਾ ਕਹਿੰਦਾ ਬਾਪੂ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰ ਲੈ ਚਾਬੀ ਖੜੀ ਇੱਕ ਮਾਰੀ ਸਾਡੀ ਰੈਲੀ ਚ ਆ ਗਿਆ ਬਾਪੂ ਵੀ ਏਡਾ ਜਥੇਦਾਰ ਜਿੱਥੇ ਦੇਖਿਆ ਸਾਰੀਆਂ ਰਿਸ਼ਤੇ ਚੱਕੀਆਂ ਜ਼ਮੀਨ ਦੀਆਂ ਸਨਾਮ ਵਾਲੀਆਂ ਕਿਹ ਗਈ ਲੱਗ ਆਪਣੀ ਕੁੜੀ ਨੂੰ ਫੋਨ ਕਰਤਾ ਭਵਾਨੀਗੜ ਨੇੜੇ ਇੱਕ ਪਿੰਡ ਲਈ ਹੋਈ ਹੈ ਕਹਿੰਦਾ ਭਾਈ ਗੁੱਟੀ ਤੇਰੇ ਭਾਈ ਨੇ ਅੱਜ ਰੈਲੀ ਕਰਾਤੀ ਉਹ ਜਾ ਵਜਿਆ ਝਾੜੂ ਵਾਲਿਆਂ ਦੀ ਰੈਲੀ ਚ ਮੇਰੀ ਕੱਖ ਨੀ ਰਹੀ ਪਿੰਡ ਚ ਮੇਰੇ ਕਹਿੰਦੇ ਤੋਂ ਬਾਹਰ ਤੇਰੇ ਨਾਲ ਆਉਣ ਲੱਗਿਆ ਮੂਲੋਂ ਬੁੱਢੀ ਪਤਾ ਕੀ ਕਹਿੰਦੀ ਕਹਿੰਦੀ ਬਾਪੂ ਸੁਖਬੀਰ ਬਾਦਲ ਦੇ ਨਾਂ ਹੀ ਲਵਾ ਦੇ ਮੈਂ ਤਾਂ ਆਪ ਝਾੜੂ ਵਾਲਿਆਂ ਨਾਲ ਫਿਰਦੀ ਕਚਹਿਰੀਆਂ ਚ ਮੁੜਿਆ ਕਹਿੰਦਾ ਅੱਜ ਕੱਲ੍ਹ ਦੀ ਲਾਗ ਨੀ ਕਿਸੇ ਦੀ ਮੰਦੀ ਆਪਾਂ ਤਾਂ ਆਪ ਜਾ ਕੇ ਝਾੜੂ ਚੱਕਦੇ ਹਾਂ ਫਿਰ ਇਹ ਆਉਂਗੇ ਕੋਈ ਫਾਇਦਾ ਹੁਣੀ ਆ ਜਾਓ ਹੁਣੀ ਮੁੜਿਆ ਉਹ ਗਰੀਬੀਆਂ ਵਿਹੜੀਆਂ ਬਸਤੀਆਂ ਚ ਨੇ ਉਹ ਸਬਸਿਡੀਆਂ ਦੇ ਜਾਂਦੇ ਆ ਬਾਨੀਆਂ ਡਾਨੀਆਂ ਨੂੰ ਆਪਾਂ ਫੇਰ ਵੋਟਾਂ ਪਾਵਾਂਗੇ ਨਾ ਉਹ ਗਰੀਬੀਆਂ ਇੱਥੇ ਬਸਤੀਆਂ ਨੇ ਉਹ ਸਾਡੇ ਬੱਚੇ ਭੁੱਖੇ ਤੇ ਇੱਥੇ ਰਹਿੰਦੇ ਨੇ ਤੇ ਸਬਸਿਡੀਆਂ ਦੇ ਜਾਂਦੇ ਬਿਜੇ ਮਾਤੀਆਂ ਨੂੰ ਇਹਨਾਂ ਨੂੰ ਵੋਟਾਂ ਪਾਵਾਂਗੇ ਆਪਾਂ ਇਹ ਤਾਂ ਕਹਿੰਦੇ ਸੀ ਰੋਡਾਂ ਦੇ ਟਰੱਕ ਭਰ ਕੇ ਆਇਆ ਕਰਨਗੇ ਕਿਸੇ ਨੇ ਟਰੱਕ ਚੱਲ ਛੋਟਾ ਹਾਥੀ ਲਿਆ ਲੋਕ ਟਰੱਕ ਨਾ ਸੀ ਕਿਹੜੇ ਟਰੱਕ ਕੁਛ ਵੀ ਨੀ ਆਉਂਦੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭੀ ਜਾਂਦੇ ਨੇ ਪੜ ਕੇ ਪਾਣੀ ਜਾਂਦੇ ਨੇ ਉਹ ਜਾਂਦਿਆਂ ਦੇ ਗੱਲ ਦੀ ਦਮਕਣ ਕੋਈ ਪੁੱਛਦਾ ਨੀ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਕੋਈ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਹੋ ਮੈਨੂੰ ਜਵਾਬ ਤਾਂ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕਾਹਦੀ ਦਿਵਾਲੀ ਹੈ ਉਹ ਤਾਂ ਦਿਹਾੜੀ ਤੇ ਜਾਊਗੇ ਰੋਟੀ ਪੱਕੂ ਨੀ ਤਾਂ ਫਿਰ ਰੋਟੀ ਨੀ ਪੱਕਣੀ ਉਹਨਾਂ ਦੇ ਜਵਾਬ ਤਾਂ ਦੂਜਿਆਂ ਦੀਆਂ ਸਵਾਰੀਆਂ ਦੇਖ ਕੇ ਮਨ ਪਰਚਾ ਦਿੰਦੇ ਆ ਦਿਵਾਲੀਆਂ ਇਹਨਾਂ ਲੀਡਰਾਂ ਦੀਆਂ ਨੇ ਧੋਖ ਹੈ ਦਿਵਾਲੀਆਂ ਇਹ ਮਨਾਉਂਦੇ ਆ ਹੋਲੀਆਂ ਹਾਂ ਸੱਚ ਹੋਲੀ ਵਾਲੀ ਫੋਟੋ ਦੇਖੀ ਸੁਰਵੀਰ ਬਾਦਲ ਦੀ ਐ ਲੱਗਦਾ ਬੋਲ ਵਾਲੇ ਅੱਡੇ ਤੇ ਕੋਈ ਕਮੜਾ ਕਾਲ ਨਹੀਂ ਚੁਰੀ ਜਾਂਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿਰ ਤੇ ਪੱਗ ਰਹੇ ਨੇ ਤੇ ਲੋਕਾਂ ਦੇ ਧਰਮ ਪਰਖ ਲਿਆ ਇਹਨਾਂ ਨੇ ਧਰਮ ਨੂੰ ਵੀ ਪ੍ਰਾਈਵੇਟ ਕੰਪਨੀ ਬਣਾ ਕੇ ਜੇਬ ਚ ਪਾਇਆ ਹੋਇਆ ਵੀ ਉਹ ਗੁਰੂ ਸਾਹਿਬ ਦੀ ਬੇਅਦਬੀ ਹੋਈ ਹਜੇ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ ਕੀਰਤਨ ਕਰਦੀ ਸੰਗਤ ਦੇ ਉੱਤੇ ਫਾਇਰਿੰਗ ਕਰਤੀ ਦੋ ਮੁੰਡੇ ਸ਼ਹੀਦ ਹੋ ਗਏ ਹਜੇ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ FIR ਦੇ ਵਿੱਚ ਲਿਖਿਆ ਹੋਇਆ ਅਣਪਛਾਤੇ ਪੁਲਿਸ ਵਾਲੇ ਗੋਲੀ ਚਲਾ ਕੇ ਵੀਰੋ ਧੀਰ ਤਾਂ ਅਣਪਛਾਤੀ ਹੁੰਦੀ ਹੈ ਜੇ ਪੁਲਿਸ ਵਾਲੇ ਕੋਲੋਂ ਮਿਲੇ ਅਣਪਛਾਤੇ ਹੋ ਗਏ ਹਰ ਕਾਰਕੁਨ ਦਾ ਸਾਥ ਦੇਣਾ ਪੈਂਦਾ ਬਸ ਮਾਮਲੇ ਨੂੰ ਪਹਿਲੇ ਵਾਸਤੇ ਚ ਪਾਉਣਾ ਜਦੋਂ ਸਾਡੇ ਘਰੇ ਸਾਡਾ ਗੁਰੂ ਸੁਰੱਖਿਅਤ ਨਹੀਂ ਹੈਗਾ ਤਾਂ ਉਹ ਕਿੱਥੇ ਜਾ ਕੇ ਪਾਵਣ ਸਕਦੇ ਇਹ ਸਭ ਧਰਮਾਂ ਦੀ ਖੇਡ ਖੇਡ ਰਹੇ ਨੇ ਫਿਰਕੂ ਬਣੇ ਦੀ ਖੇਡ ਖੇਡ ਰਹੇ ਨੇ ਆਪਾਂ ਇਕੱਠੇ ਰਹਿਣਾ ਵੀ ਉਹ ਆਪਾਂ ਇਹਨਾਂ ਦੀਆਂ ਚਾਲਾਂ ਚ ਨਹੀਂ ਆਉਣਾ ਪਤਾ ਹੀ ਨੀ ਕੀ ਕਰਨਗੇ ਬੜਿਆ ਸਾਨੂੰ ਸਾਡੇ ਤੇ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਪਰਚਾ ਕਰਦੇ ਉਹ ਕਰ ਲੈਗੇ ਮੈਂ ਕਿਹਾ ਕਰ ਦਿਓ ਜੀ ਤੁਹਾਡੇ ਪਰਚੇ ਮੁੱਕ ਜਾਣਗੇ ਸਾਡੇ ਬੰਦੇ ਨਹੀਂ ਮੁੱਕਣੇ ਇਹ ਜੋ ਪਤਾ ਕਰਨਾ ਸਾਡੇ ਕੋਲ ਸੋ ਵੀਰੋ ਤੁਸੀਂ ਬਹੁਤ ਦੇਰ ਤੋਂ ਬੈਠੇ ਹੋ ਮੈਂ ਬਹੁਤਾ ਟਾਈਮ ਨਹੀਂ ਲੈਣਾ ਤੁਹਾਡਾ ਮੈਂ ਅੱਗੇ ਪੱਲੂਆਂ ਨੇ ਵੀ ਜਾਣਾ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ MLA ਬਣ ਗਏ ਪਟਿਆਲੇ ਤੋਂ ਇੱਕ ਦਿਨ ਵੀ ਵਿਧਾਨ ਸਭਾ ਚ ਨਹੀਂ ਗਏ ਕਹਿੰਦੇ ਸਰਕਾਰ ਤਾਂ ਬਣੀ ਨੀ ਉੱਥੇ ਜਾਣ ਦਾ ਕੀ ਫਾਇਦਾ MP ਬਣ ਗਿਆ ਅੰਮ੍ਰਿਤਸਰ ਤੋਂ ਇੱਕ ਦਿਨ ਵੀ ਪਾਰਲੀਮੈਂਟ ਨਹੀਂ ਆਏ ਕਹਿੰਦੇ ਸਰਕਾਰ ਤਾਂ ਬਣੀ ਨਹੀਂ ਉੱਥੇ ਜਾਣ ਦਾ ਕੀ ਫਾਇਦਾ ਪਟਿਆਲੇ ਵਾਲੇ ਮੋਤੀ ਮਹਿਲ ਚ ਬੈਠੀ ਕਹੀ ਜਾਂਦੇ ਆ ਪੰਜਾਬੀਓ ਹੁਣ ਮੇਰੀ ਵਾਰੀ ਹੈ ਮੁੱਖ ਮੰਤਰੀ ਬਣਾ ਦੋ ਮੈਂ ਕਿਹਾ ਪਾਣੀ ਦੀ ਵਾਰੀ ਹੈ ਬੁੱਧਵਾਰ ਨੂੰ ਮੇਰੀ ਵੀਰਵਾਰ ਨੂੰ ਮੇਰੀ ਇਹ ਕੱਸੀ ਦਾ ਪਾਣੀ ਹੈ ਕੋਈ ਮੌਕਾ ਲਾਇਆ ਇੱਥੇ ਮੁੱਖ ਮੰਤਰੀ ਮੌਕੇ ਤੋਂ ਨਿਕਲਦਾ ਮੁੱਖ ਮੰਤਰੀ ਲੋਕਾਂ ਚੋਂ ਨਿਕਲਦਾ ਆਓ ਇੱਥੇ ਪ੍ਰੋਗਰਾਮ ਦਿਓ ਲੋਕਾਂ ਨੂੰ ਲੋਕ ਤੁਹਾਡਾ ਪ੍ਰੋਗਰਾਮ ਪਸੰਦ ਕਰਨ ਤੁਹਾਨੂੰ ਵਾਰੀ ਦੇ ਦੇਣਗੇ ਇੱਕ ਵਾਰੀ ਤੁਹਾਨੂੰ ਵਾਰੀ ਦੇਣੀ ਸੀ ਉਦੋਂ ਕੀ ਕਰਤਾ ਕੁਛ ਨਹੀਂ ਕੀਤਾ ਇਸ ਵਾਰ
2017 च ना बादल दी बारी है ना कैप्टन दी बारी है, इस बार आम लोगों दी बारी है, आम जनता दी बारी है। सो भैया अपना चोन शान भी इन्ना सौखा है, मामा भैन तो दसन की भी लोड़ नहीं, फिर तड़के ना तड़के नेरे च भी भाल लेंगे, 4 बजे भी किथे पे है। इस झाड़ू नाल पहला आप सिर्फ दुकान या मकान साफ करते सी, और इस झाड़ू नाल पूरा हिंदुस्तान साफ किया जाओ, पंजाब से शुरुआत होगी, पंजाब से शुरुआत होगी। मैं एमपी हाँ, 5 करोड़ रुपया एक एमपी नु मिलता है, हरेक एमपी नु भावे विरोधी पार्टी ला भावे वो सत्ताधारी ला, लोगों के खर्च चढ़वाते 2.5 करोड़ दिए दो किस्तों से मिलता है। वीरो मैं जिथे लोग कहते उसे पैसे देना, कोई पिंड वाले कहते आरओ दे दो, कोई पिंड वाले कहते सोलर लाइटा चाहिए, कोई पिंड वाले कहते सानू लाइब्रेरी बना दो, कोई पिंड वाले कहते एम्बुलेंस चाहिए, स्कूल वास्ते कमरे पा लो, जिथे लोग कहते मैं पैसे दे देना, क्योंकि जेडे हरे रंग के पेन वाले साइन कर दा वो हरा रंग का पेन जो है मेरा नहीं है, पेन है वो तुम ओके मालिक हो, जिथे तुम कहो पेन उठे चलूगा, जिसे तुम कहो पेन उठे चलूगा, जे तुम पेन देने तो पेन खो भी लेने ठीक से पूछ लो ਕੀ ਹੋਇਆ ਜੇ ਪੱਤਝੜ ਆਈ
ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੂੰ ਕਰਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕੱਲ ਦੇ ਲੱਭ ਕੇ ਲਿਆਵਾਂਗੇ ਆਪਾਂ ਫੁੱਲਾਂ ਜੋਗੀ ਜ਼ਮੀਨ ਰੱਖੀਏ ਇਹ ਦੁਬਾਰਾ ਇਸ ਧਰਤੀ ਤੇ ਫੁੱਲ ਉੱਗਣਗੇ ਦੋ ਨਾਰੇ ਲਾਊਂਗਾ ਦੋਨਿਆਂ ਸੁੱਕਰ ਚੱਕ ਕੇ ਨਾਰੇ ਲਾਉਣੇ ਇਨਕਲਾਬ ਜਿੰਦਾਬਾਦ ਦੇ ਅਸਮਾਨ ਗੂੰਜੇ ਪਹੁੰਚੇ ਨਾ ਬਾਦਲਾਂ ਦੀਆਂ ਕੋਠੀਆਂ ਤੱਕ ਗੱਲ ਕਿ ਭਾਈ ਇਹ ਬੱਦਲ ਬਾਈ ਠੀਕ ਨੀ ਲੱਗਦੀ ਜਿਹੜੀ ਗੰਗਾ ਨਗਰ ਵਾਲੇ ਪਾਸੇ ਹਨੇਰੀ ਉੱਠੀ ਹੈ ਇਹ ਸਾਰਾ ਕੁਛ ਹੂੰਜ ਕੇ ਲੈ ਕੇ ਜਾਊ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਹਿੰਦੇ 2017 ਚ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿੱਤੂ ਮੈਂ ਕਹਿੰਦੀ ਹਨੇਰੀ ਤੋਂ ਪਹਿਲਾਂ ਕਿਵੇਂ ਦੱਸਦੇ ਕਿਹੜੇ ਕਿਹੜੇ ਨਿਕਲ ਗਏ ਅਗਲੇ ਦਿਨ ਪਤਾ ਲੱਗੂ ਦੋਨੇ ਹੱਥ ਉੱਪਰ ਚੱਕ ਕੇ ਨਾਰੇ ਲਾ ਦਿਓ ਇਨਕਲਾਬ